ਹਲੋ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਸਪੈਸ਼ਲ ਵਲੌਗ ਘੋੜਿਆਂ ਦੇ ਪੈਰਾਂ ਤੇ ਘੋੜਿਆਂ ਦੇ ਸੁੰਬਾਂ ਤੇ ਤੇ ਘੋੜਿਆਂ ਦੇ ਖੂਫਸ ਤੇ ਇਹ ਤਿੰਨ ਵਰਡ ਮੈਂ ਤਾਂ ਦੱਸਿਆ ਕਿਉਂਕਿ ਕਈ ਮੇਰੇ ਦੋਸਤ ਮੈਂ ਸਪੈਲ ਕਰਦੇ ਆ ਘੋੜਿਆਂ ਦੇ ਖੁਰ ਦੱਸਦੇ ਆ ਸੋ ਖੁਰ ਮੱਜਾਂ ਤੇ گاਵਾ ਦੇ ਹੁੰਦੇ ਆ ਘੋੜਿਆਂ ਦੇ ਇੰਗਲਿਸ਼ ਖੂਫ ਹੁੰਦੇ ਆ ਸੁੰਬ ਆਪਾਂ ਆਪਣੀ ਲੈਂਗੁਏਜ ਸੁੰਬ ਤੇ ਪੈਰ ਕਹਿੰਦੇ ਆ ਸੋ ਸਭ ਤੋਂ ਪਹਿਲਾਂ ਮੈਂ ਕਹਾਂ ਲੋਕ ਦੋਸਤਾਂ ਨੂੰ ਇਹੀ ਕਰੈਕਸ਼ਨ ਕਰਦੇ ਆ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵੀ ਅੱਜ ਮੇਰਾ ਫੈਰੀਅਰ ਬਜਰੰਗ ਆਇਆ ਹੋਇਆ ਸੀ ਜੋ ਕਿ 5-6 ਸਾਲ ਤੋਂ ਰੈਗੂਲਰ ਮੇਰੀਆਂ ਕੂੜੀਆਂ ਤੇ ਵਰਕ ਕਰ ਰਿਹਾ ਸੋ ਪਰਮਨੈਂਟ ਫੈਰੀਅਰ ਦਾ ਮੈਨੂੰ ਇਹ ਫਾਇਦਾ ਲੱਗਦਾ ਵੀ ਹਰ ਵਾਰੀ ਫੈਰੀਅਰ ਜਿਵੇਂ ਚੇਂਜ ਕਰੂੰਗਾ ਤੇ ਉਹਨੂੰ ਐਗਜ਼ੈਕਟ ਪਤਾ ਨਹੀਂ ਮੇਰੇ ਕਿਹੜੇ ਐਨੀਮਲ ਨੂੰ ਕਿਸ ਐਂਗਲ ਤੋਂ ਦਾ ਖਰਾਬ ਸੀ ਉਹਨੇ ਪਿਛਲੀ ਕਟਿੰਗ ਦੇ ਵਿੱਚ ਕਿੰਨਾ ਕੁ ਠੀਕ ਕੀਤਾ ਤੇ ਅਗਲੀ ਚ ਉਹਨੇ ਕੀ ਕਰਨਾ ਸੋ ਐਨੀਮਲ ਦੇ ਪੈਰ ਵੱਧ ਘਟ ਘਸਦੇ ਰਹਿੰਦੇ ਆ ਤੇ ਹਰ 2 ਮਹੀਨੇ ਬਾਅਦ ਮੈਂ ਪੈਰ ਬਣਵਾਉਣਾ ਤੇ ਹਰ 2 ਮਹੀਨੇ ਬਾਅਦ ਪੈਰ ਬਣਵਾਉਣੇ ਵੀ ਜ਼ਰੂਰੀ ਨੇ ਬੀ ਪ੍ਰੋਫੈਸ਼ਨਲ ਤੋਂ ਹੀ ਇਹ ਕੰਮ ਕਰਾਇਓ ਆਮ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਮੱਝਾਂ گاਵਾਂ ਦੇ ਪੈਰ ਬਣਾਉਂਦੇ ਸੀ ਸੌਂਬ ਬਣਾਉਂਦੇ ਸੀ ਆਪਾਂ ਕਹਿਰੀ ਉਹਨਾਂ ਤੋਂ ਪੈਰ ਬਣਵਾਉਂਦੇ ਮੈਂ ਵੀ 15 ਸਾਲ ਪਹਿਲਾਂ ਬਾਲੇ ਉਦੋਂ ਪ੍ਰੋਫੈਸ਼ਨਲ ਬੰਦੇ ਮਿਲਦੇ ਨਹੀਂ ਸੀ ਨੌਲੇਜ ਨਹੀਂ ਸੀ ਤੇ ਉਹਨਾਂ ਤੋਂ ਬਣਵਾਉਂਦਾ ਰਿਆਂ ਉਹ ਕੀ ਕਰਦੇ ਆ ਪੈਰ ਸਾਫ਼ ਸਫਾਈ ਦਾ ਕਰ ਦਿੰਦੇ ਆ ਪੈਰ ਦੀ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਬੜਾ ਸੋਹਣਾ ਪੈਰ ਬਣਾ ਗਿਆ ਪਰ ਕੱਲਾ ਪੈਰ ਸਾਫ਼ ਦੇ ਸਣਾ ਹੀ ਪੈਰ ਦੀ ਮੇਨਟੇਨੈਂਸ ਨਹੀਂ ਗਈ ਪੈਰ ਦੇ ਸਹੀ ਐਂਗਲ ਹੋਣੇ ਬਹੁਤ ਜ਼ਰੂਰੀ ਹੈ ਜੇ ਪੈਰ ਦਾ ਐਂਗਲ ਸਹੀ ਨਹੀਂ ਹੁੰਦੇ ਨਾਲ ਬਹੁਤ ਪ੍ਰੋਬਲਮਸ ਆਉਣਗੀਆਂ ਤੁਹਾਡੇ ਐਨੀਮਲ ਨੂੰ ਉਹਨਾਂ ਦੀਆਂ ਗਾਮਚੀਆਂ ਬੈਠਣਗੀਆਂ ਉਹਦੇ ਜੋਇੰਟਸ ਪ੍ਰੋਬਲਮ ਆਉਣਗੀਆਂ ਜੋਇੰਟਸ ਦੇ ਵਿੱਚ ਪਾਣੀ ਭਰਦੀਆਂ ਪ੍ਰੋਬਲਮਸ ਆਉਣਗੀਆਂ ਅਨੇਕਾਂ ਹੀ ਪ੍ਰੋਬਲਮਸ ਹੈ ਜਿਹੜੀਆਂ ਸਿਰਫ ਪੈਰ ਦੀ ਗਲਤੀ ਤੋਂ ਜੇ ਨਹੀਂ ਬਣਾਉਂਦੇ ਤਾਂ ਵੀ ਉਹ ਪ੍ਰੋਬਲਮ ਹੈ ਜੇ ਗਲਤ ਬਣਾਉਨੇ ਤਾਂ ਉਹ ਤੋਂ ਵੱਡੀ ਪ੍ਰੋਬਲਮ ਹੈ ਸੋ ਪ੍ਰੋਫੈਸ਼ਨਲ ਬੰਦੇ ਤੋਂ ਹੀ ਪੈਰ ਬਣਾਉਣੇ ਆ ਤੋ ਘੋੜਿਆਂ ਦੀ ਸਿਹਤ ਦਾ ਰਾਜ ਉਹਨਾਂ ਦੇ ਪੈਰਾਂ 'ਚ ਹੈ ਜੇ ਪੈਰ ਹੀ ਨਹੀਂ ਸਹੀ ਜੇ ਸਾਰਾ ਦਿਨ ਐਨੀਮਲ ਨੇ ਜਿੰਨਾ ਪੈਰਾਂ ਤੇ ਆਪਾਂ ਨੂੰ ਰਾਈਡ ਕਰਾਉਣੀ ਆ ਘੁੰਮਣਾ ਫਿਰਨਾ ਜੇ ਦਿਨ ਦੇ 20 ਘੰਟੇ ਐਨੀਮਲ ਨੇ ਖੜਨਾ ਹੈ ਤੋ ਉਹਦੇ ਪੈਰਾਂ ਦੇ ਐਂਗਲ ਬਿਲਕੁਲ ਸਹੀ ਹੋਣੇ ਚਾਹੀਦੇ ਆ ਉਹਨਾਂ ਦੇ ਜੋਇੰਟ ਪ੍ਰੈਸ਼ਰ ਬਿਲਕੁਲ ਠੀਕ ਹੋਣੇ ਚਾਹੀਦੇ ਆ ਉਹਨਾਂ ਦੇ ਬਲੱਡ ਫਲੋ ਫੇਰ ਹੀ ਸਹੀ ਰਹੂਗਾ ਜੇ ਉਹਨਾਂ ਦੇ ਐਂਗਲ ਠੀਕ ਹੈ ਜੇ ਉਹਨਾਂ ਦਾ ਪ੍ਰੈਸ਼ਰ ਗਲਤ ਪੈ ਰਿਹਾ ਪ੍ਰੈਸ਼ਰ ਗਲਤ ਪੈਣ ਨਾਲ ਤੋਂ ਦੇ ਗਾਂਵ ਚੀਆਂ ਬੈਠ ਰਹੀਆਂ ਐ ਜੁਆਇੰਟ ਪ੍ਰੋਬਲਮਜ਼ ਆ ਰਹੀਆਂ ਐ ਤੇ ਘੋੜਾ ਨਕੰਮਾ ਤੇ ਬੇਕਾਰ ਆਪਣੀ ਵਜ੍ਹਾ ਨਾਲ ਹੋ ਰਿਹਾ ਸੋ ਇਹ ਆਪਣੇ ਆਪਾਂ ਪਿਆਰ ਕਰਦੇ ਆ ਆਪਾਂ ਰੱਖਿਆ ਸੋ ਆਪਾਂ ਹੀ ਧਿਆਨ ਦੇਣਾ ਇਹਨਾਂ ਤੇ ਤੇ ਬਹੁਤ ਇੰਪੋਰਟੈਂਟ ਐ ਧਿਆਨ ਦੇਣਾ ਇਹਨਾਂ ਐਨੀਮਲਸ ਤੇ ਪੈਰਾਂ ਦੀ ਸਫਾਈ ਤੁਸੀਂ ਹਫਤੇ ਦੇ ਵਿੱਚ ਇੱਕ ਦੋ ਵਾਰੀ ਆਪ ਵੀ ਕਰ ਸਕਦੇ ਹੋ ਕਿਸੇ ਸਾਫ਼ ਚੀਜ਼ ਨਾਲ ਉਹਦੇ ਪੈਰਦਨ ਮਿੱਟੀ ਕੱਢਦੇ ਰਹੋ ਪੈਰ ਚੈੱਕ ਕਰਦੇ ਰੋਬ ਕਿਤੇ ਕੋਈ ਪੈਰ ਗਲਤੀ ਨਹੀਂ ਰਿਹਾ ਕਿਤੇ ਪੈਰਾਂ ਦੇ ਵਿੱਚ ਕੋਈ ਲੈਮੀਨੇਟਸ ਵਰਗੀ ਪ੍ਰੋਬਲਮ ਤਾਂ ਨਹੀਂ ਆ ਰਹੀ ਵੈਸੇ ਵੀ ਜੇ ਜਦੋਂ ਲੈਮੀਨੇਟਸ ਵਰਗੀ ਕੋਈ ਪ੍ਰੋਬਲਮ ਆਊਗੀ ਤੁਹਾਡੇ ਜਿਹੜਾ ਘੋੜੇ ਦਾ ਜਿਹੜਾ ਸੋਂਬ ਹੈ ਉਹ ਸੁੱਕਣਾ ਸ਼ੁਰੂ ਹੋ ਜਾਊਗਾ ਥੋੜਾ ਜਿਹਾ ਆਮ ਸੋਂਬ ਨਾਲੋਂ ਦੀ ਪੈਰ ਦੀ ਹੀਟ ਵੱਧ ਹੋਊਗੀ ਜੇ ਤੁਸੀਂ ਉਹਨੂੰ ਫੀਲ ਕਰੋਗੇ ਉਹਨੂੰ ਤੇ ਹੱਥ ਲਾ ਕੇ ਵੇਖੋਗੇ ਤਾਂ ਸੋਂਬ ਜਿਹੜਾ ਹੈ ਉਹ ਗਰਮ ਹੋਊਗਾ ਜੇ ਉਹਨੂੰ ਲੈਮੀਨੇਟ ਦੀ ਪ੍ਰੋਬਲਮ ਆ ਉਹ ਤੁਰੰਦੀ ਕੋਸ਼ਿਸ਼ ਕਰੂਗਾ ਤੁਹਾਨੂੰ ਸ਼ਾਇਦ ਦੇਖਣ ਨੂੰ ਐ ਲੱਗੇ ਵੀ ਉਹ ਪਿਛਲੇ ਪੈਰਾਂ ਤੋਂ ਕੋਈ ਤੰਗੀ ਮਹਿਸੂਸ ਕਰ ਰਿਹਾ ਪਰ ਐਕਚੁਅਲ ਦੇ ਵਿੱਚ ਲੈਮੀਨੇਟਸ ਦੀ ਪ੍ਰੋਬਲਮ ਦੇ ਵਿੱਚ ਅਗਲੇ ਪੈਰਾਂ ਤੇ ਆਉਂਦੀ ਹੈ ਤੇ ਐਨੀਮਲ ਅਗਲੇ ਪੈਰਾਂ ਤੋਂ ਭਾਰ ਨਹੀਂ ਪਾਉਂਦਾ ਉਹ ਪਿਛਲੇ ਪੈਰਾਂ ਨੂੰ ਸੈਂਟਰ 'ਚ ਰੱਖਦਾ ਤੇ ਪਿਛਲੇ ਪੈਰਾਂ ਤੋਂ ਭਾਰ ਪਾ ਕੇ ਤੁਰਨ ਦੀ ਕੋਸ਼ਿਸ਼ ਕਰਦਾ ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਸੀਂ ਆਪ ਐਗਜ਼ਾਮਿਨ ਕਰ ਸਕਦੇ ਹੋ ਜਿਦੋਂ ਐਨੀਮਲ ਪੈਰ ਤੁਰਨ ਤੋਂ ਤੰਗੀ ਮਨਾ ਰਿਹਾ ਕਿਤੇ ਤਾਂ ਇੱਕ ਪੈਰ ਤੋਂ ਲੰਗ ਮਾਰ ਰਿਹਾ ਤਾਂ ਡਿਫਰੈਂਟ ਥਿੰਗ ਹੈ ਜਿਓ ਤੋਂ ਅਸੀਂ ਦੇਖ ਰਹੇ ਹਾਂ ਵੀ ਤੁਰਨ ਦੀ ਤੰਗੀ ਮਨਦਾ ਵੀ ਤੁਹਾਨੂੰ ਦੇਖਣ ਨੂੰ ਆ ਲੱਗਦਾ ਵੀ ਅਗਲੇ ਪੈਰ ਰੱਖ ਨਹੀਂ ਰਿਹਾ ਚੱਕ ਨਹੀਂ ਰਿ ਵੇਖਿਓ ਵੀ ਉਹਦੇ ਪੈਰ ਹੀਟ ਤਾਂ ਨਹੀਂ ਹੋ ਰਹੇ ਜਦੋਂ ਲੈਮੀਨੇਟ ਦੀ ਪ੍ਰੋਬਲਮ ਦੀ ਹੀਟ ਹੋਊਗੀ ਤੋ ਆ ਤੇ ਡਾਕਟਰ ਨੂੰ ਕੰਸਲਟ ਕਰਨਾ ਤੁਸੀਂ ਆਪਦੇ ਡਾਕਟਰ ਹੀ ਉਹਦਾ ਸਹੀ ਟਰੀਟਮੈਂਟ ਕਰ ਸਕਦਾ ਹੈ ਸੈਕੰਡ ਫੈਰੀਅਰ ਫੈਰੀਅਰ ਤੇ ਡਾਕਟਰ ਦਾ ਕੰਬੀਨੇਸ਼ਨ ਬਹੁਤ ਜ਼ਰੂਰੀ ਹੈ ਉਹ ਜਗ੍ਹਾ ਦੇ ਉੱਤੇ ਜੇ ਪ੍ਰੋਫੈਸ਼ਨਲ ਫੈਰੀਅਰ ਤੇ ਪ੍ਰੋਫੈਸ਼ਨਲ ਵਧੀਆ ਡਾਕਟਰ ਤੁਹਾਡੇ ਕੋਲੇ ਆ ਤੇ ਤੁਹਾਡੇ ਐਨੀਮਲ ਨੂੰ ਵੈਸੇ ਪ੍ਰੋਬਲਮ ਆਉਂਦੀ ਹੀ ਨਹੀਂ ਜੇ ਆ ਗਈ ਤੇ ਤਾਂ ਵੀ ਉਹਦਾ ਹੱਲ ਡਾਕਟਰ ਹੀ ਕਰੇਗਾ ਸੋ ਬੇਸਿਕ ਤੁਹਾਨੂੰ ਉਹਨਾਂ ਦਾ ਮੈਂ ਇਹ ਦੱਸ ਦੇਣਾ ਵੀ ਜੇ ਪ੍ਰੋਬਲਮ ਆ ਗਈ ਤੁਹਾਨੂੰ ਹਜੇ ਕੋਈ ਨਹੀਂ ਕੋਈ ਮਿਲ ਰਿਹਾ ਤੇ ਕੋਸ਼ਿਸ਼ ਕਰੋ ਵੀ ਉਹਨੂੰ ਮੋਇਸਚਰਾਈਜ਼ ਰੱਖੋ ਵੱਧ ਤੋਂ ਵੱਧ ਦੁਪਹਿਰ ਨੂੰ ਦਿਨ ਦੇ ਵਿੱਚ 10-12 ਘੰਟੇ ਉਹਨੂੰ ਤੁਸੀਂ ਪਾਣੀ ਚ ਖਿਲਾ ਰਹੋ ਉਹਦੇ ਪੈਰ ਜਿਹੜੇ ਪਾਣੀ ਦੇ ਵਿੱਚ ਡੁੱਬੇ ਰਹਿਣ ਔਰਿੰਡੀ ਦਾ ਤੇਲ ਤੁਸੀਂ ਯੂਜ਼ ਕਰੋ ਉਹਦੇ ਜਦੋਂ ਪਾਣੀ ਚੋਂ ਨਿਕਲ ਆਉਂਦੇ ਆ ਪੈਰ ਤੇ ਉਹਦੇ ਤੇ ਔਰਿੰਡੀ ਦਾ ਤੇਲ ਲਾਓ ਉਹਦੇ ਉੱਪਰਲੇ ਏਰੀਏ ਤੇ ਔਰਿੰਡੀ ਦਾ ਤੇਲ ਤੁਸੀਂ ਵੈਸੇ ਵੀ ਹਫ਼ਤੇ 'ਚ ਦੋ ਵਾਰੀ ਨਾਰਮਲ ਐਨੀਮਲ ਦੇ ਵੀ ਪੈਰ ਤੇ ਜ਼ਰੂਰ ਲਾਓ ਤਾਂ ਕਿ ਉਹਦੇ ਪੈਰ ਮੋਇਸਚਰਾਈਜ਼ ਰਹਿਣ ਔਰਿੰਡੀ ਦਾ ਤੇਲ ਤੁਹਾਨੂੰ ਬਹੁਤ ਸਸਤਾ ਪਾਊਗਾ ਜਿਹੜੇ ਕਿ ਆਮ ਅੱਜਕੱਲ੍ਹ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਹੂਫ ਦੇ ਪ੍ਰੋਡਕਟ ਆ ਰਹੇ ਆ ਇਹਨੂੰ ਉਹਨਾਂ ਤੇ ਤੁਸੀਂ ਚਾਹੁੰਦੇ ਹੋ ਤੁਸੀਂ ਖਰਚਾ ਕਰਨਾ ਤੇ ਕਰ ਸਕਦੇ ਹੋ ਉਹ ਤੁਹਾਡੀ ਆਪਦੀ ਮਰਜ਼ੀ ਹੈ ਪਰ ਮੈਂ ਜੋ ਦੇਸੀ ਅਜੇ ਤੱਕ ਟ੍ਰੀਟਮੈਂਟ ਚੱਲ ਰਹੇ ਆ ਸੋ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਵੀ ਘਰ ਦਾ ਖਰਚਾ ਬਚਾਵਾਂ ਤੇ ਤੁਹਾਡਾ ਫਾਇਦਾ ਹੋਵੇ ਰਿੰਡੀ ਦਾ ਤੇਲ ਬੜਾ ਹੀ ਕਾਮਯਾਬ ਹੈ ਘੋੜਿਆਂ ਦੇ ਪੈਰਾਂ ਲਈ ਸੋ ਮੇਨ ਆਪਣਾ ਮਕਸਦ ਹੈ ਘੋੜਿਆਂ ਦੇ ਪੈਰ ਮੋਇਸਚਰਾਈਜ਼ ਰਹਿਣ ਘੋੜਿਆਂ ਦੇ ਪੈਰਾਂ ਦੇ ਐਂਗਲ ਠੀਕ ਰਹਿਣ ਸੋ ਮੈਂ ਆਪਦੀਆਂ ਘੋੜੀਆਂ ਤੇ ਕੁਛ ਘੋੜੀਆਂ ਤੇ ਤਾਂ ਮੈਂ ਸ਼ੂ ਲਵਾਏ ਆ ਖੁਰੀਆਂ ਲਵਾਈਆਂ ਕਿਉਂਕਿ ਕੁਛ ਘੋੜੀਆਂ ਜਿਹੜੀਆਂ ਮੇਰੀਆਂ ਬਾਲੀਆਂ ਅਗਰੈਸਿਵ ਆ ਉਹ ਪੈਰ ਮਾਰ ਮਾਰ ਕੇ ਉਹਦੇ ਪੈਰ ਖਰਾਬ ਕਰ ਲੈਂਦੀਆਂ ਉਹ ਉਹਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਆਉਦੇ ਪੈਰ ਕਸਾ ਲੈਂਦੀਆਂ ਸੋ ਉਹਨਾਂ ਨੂੰ ਸ਼ੂ ਲਵਾਉਣੇ ਖੁਰੀਆਂ ਲਵਾਉਣੀਆਂ ਜ਼ਰੂਰੀ ਨੇ ਤੇ ਕੁਝ ਮੇਰੀਆਂ ਘੂੜੀਆਂ ਦੇ ਹੂਫ ਬਹੁਤ ਸਟਰੋਂਗ ਐ ਉਹ ਫੇਤੀ ਟੁੱਟਦੇ ਨਹੀਂ ਉਹਨਾਂ ਨੂੰ ਮੈਂ ਖੁਰੀਆਂ ਨਹੀਂ ਲਵਾਉਂਦਾ ਤੁਸੀਂ ਆਪ ਦੇਖਣਾ ਆਉਦੇ ਐਨੀਮਲ ਦੀ ਕਿਹੋ ਜੀ ਨੀਡ ਆਉਂਦੀ ਉਹੋ ਜੀ ਨੀਡ ਤੁਸੀਂ ਪੂਰੀ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਇਹੀ ਸਲਾਹ ਦਵਾਂਗਾ ਵੀ ਹਰ ਦੋ ਮਹੀਨਿਆਂ ਬਾਅਦ ਘੋੜੀਆਂ ਦੇ ਪੈਰ ਜ਼ਰੂਰ ਬਣਵਾਓ ਸਫਾ ਸਫਾਈ ਕਰਾਓ ਉਹਨਾਂ ਦੇ ਐਂਗਲ ਸੈੱਟ ਕਰਾਉਂਦੇ ਰਹੋ ਜੇ ਘੋੜਿਆਂ ਨੂੰ ਪਿਆਰ ਕਰਦੇ ਹੋ ਤੇ ਉਹਨਾਂ ਨੂੰ ਮੇਨਟੇਨ ਕਰਨਾ ਵੀ ਆਪਣਾ ਹੀ ਫਰਜ਼ ਹੈ ਕਿ ਉਹ ਹਮੇਸ਼ਾ ਮੇਨਟੇਨ ਰਹਿਣ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿ ਨਾ ਘੋੜਿਆਂ ਦੇ ਬੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਜਿਹੜੀ ਕਸ਼ਰਾਲੀ ਕਹਿ ਦਿੰਨੇ ਆ ਆਪਾਂ ਉਹਦੀ ਕੱਚ ਦੇ ਵਿੱਚ ਇੱਕ ਬਹੁਤ ਵੱਡਾ ਬਲੂਨ ਬਣ ਜਾਂਦਾ ਉਹਦਾ ਆਪਾਂ ਬੜੇ ਟ੍ਰੀਟਮੈਂਟ ਕਰਦੇ ਮੈਂ ਵੀ ਕਰਦਾ ਰਿਹਾ ਪਹਿਲਾਂ ਵੀ ਉਹਦੇ ਟੋਅ ਲਾ ਦੋ ਜੀ ਉਹਦੇ ਗਾਚੀ ਮਲ ਦੋ ਜੀ ਉਹਦਾ ਜਿਹੜਾ ਪਾਣੀ ਸੁੱਕ ਜੂਗਾ ਪਰ ਉਹਦੇ ਮੇਨ ਕਾਰਨ ਇਹ ਵੀ ਉਹ ਘੋੜੇ ਦਾ ਟੋ ਵਾਜ ਜਾਂਦੀ ਹੈ ਟੋ ਕਹਿੰਨੇ ਆ ਆਪਾਂ ਪੈਰ ਦਾ ਅਗਲਾ ਹਿੱਸਾ ਜੇ ਦੋ ਪੈਰ ਅੱਗੇ ਨੂੰ ਜਿਆਦਾ ਵਧਿਆ ਹੋਊਗਾ ਤੇ 100% ਤੋੜੇ ਉਹ ਕੁਛੜਾੜੀ ਵਾਲੀ ਪ੍ਰੋਬਲਮ ਆਊਗੀ ਜਿਵੇਂ ਆਹ ਦੇਖੋ ਤੁਸੀਂ ਇਸ ਵੀਡੀਓ 'ਚ ਵੇਖ ਸਕਦੇ ਹੋ ਵੀ ਉੱਪਰ ਇੱਕ ਲੰਪ ਜਾਂ ਬਣਿਆ ਹੋਇਆ ਇਹ ਲੰਪ ਹੁਣ ਉਹ ਲੰਪ ਜਿਹੜਾ ਵਿੱਚ ਪਾਣੀ ਸੀ ਉਹ ਤਾਂ ਸੁੱਕ ਚੁੱਕਾ ਹੈ ਕਿਉਂਕਿ ਇਹ ਪਹਿਲਾਂ ਪ੍ਰੀਵੀਅਸ ਓਨਰ ਤੋਂ ਹੀ ਹੋਇਆ ਹੋਇਆ ਸੀਗਾ ਸੋ ਉਹ ਜਦੋਂ ਵੀ ਇਹੋ ਜੀ ਪ੍ਰੋਬਲਮ ਆ ਗਈ ਤੁਸੀਂ ਫੈਰੀਅਰ ਨੂੰ ਬੁਲਾਓ ਆਪਦੇ ਘੋੜੇ ਦੇ ਜਾਂ ਘੋੜੀ ਦੇ ਪੈਰ ਦੀ ਟੋ ਕਟਾ ਦਿਓ 2-3 ਦਿਨਾਂ ਦੇ ਵਿੱਚ ਇਹ ਸਾਰੀ ਪਾਣੀ ਨਿਕਲ ਜਾਊਗਾ ਜੇ ਹੁਣ ਜਿਹੜਾ ਲੰਮਾ ਸਮਾਂ ਰਹਿ ਜਾਂਦਾ ਪਾਣੀ ਹੁਣ ਪਾਣੀ ਤਾਂ ਇਹ ਸੁੱਕ ਗਿਆ ਪਰ ਇਹ ਲੰਪ ਸਕਿਨ ਦਾ ਇਹਦੇ ਵਿੱਚ ਕੋਈ ਪਾਣੀ ਕਿਸੇ ਤਰ੍ਹਾਂ ਦਾ ਪਾਣੀ ਨਹੀਂ ਹੈਗਾ ਪਰ ਇਹ ਲੰਪ ਹੁਣ ਏਦਾਂ ਹੀ ਰਹੂਗਾ ਇਹਨੂੰ ਆਪਾਂ ਕਟਾ ਸਕਦੇ ਹਾਂ ਪਰ ਉਹ ਉਹਦੇ ਚ ਟਾਂਕੇ ਲਾਉਣੇ ਤੇ ਉਹ ਪ੍ਰੋਬਲਮ ਵਾਜੂਗੀ ਤੋਂ ਸੋ ਆਪਾਂ ਨੂੰ ਨੀਡ ਨਹੀਂ ਤੇ ਇਹ ਲੰਪ ਤਾਂ ਹੁਣ ਏਦਾਂ ਹੀ ਰਹੂਗਾ ਪਰ ਜਿਹੜਾ ਇਹਦੇ ਵਿੱਚ ਜਿਹੜਾ ਹਾਨੀਕਾਰਕ ਸੀਗਾ ਪਾਣੀ ਵਾਲਾ ਕੰਮ ਉਹ ਹੁਣ ਹੈ ਨਹੀਂਗਾ ਸੋ ਉਹਦਾ ਹੱਲ ਇੱਕੋ ਹੀ ਆ ਵੀ ਉਹਦੇ ਟੋ ਕਟਾ ਦਿਓ ਇਸ ਕਰਕੇ ਬੜੀ ਛੋਟੀ ਜੀ ਇਨਫੋਰਮੇਸ਼ਨ ਹੈ ਪਰ ਬੜੀ ਜਾਣਕਾਰੀ ਵਾਲੀ ਹੈ ਮੈਨੂੰ ਵੀ ਪਹਿਲਾਂ ਨਹੀਂ ਸੀ ਪਤਾ ਮੇਰੇ ਦੋ ਤਿੰਨ ਰੀ ਐਨੀਮਲ ਦੇ ਬਾਅਦ ਚ ਪ੍ਰੋਬਲਮ ਆਈ ਤੇ ਮੈਂ ਜਦੋਂ ਵੀ ਟੋ ਕਟਾਈ ਦੂਜੇ ਤੀਜੇ ਦਿਨ ਹੀ ਉਹ ਕੁਝ ਵੀ ਨਹੀਂ ਲਾਇਆ ਹੁੰਦੇ ਤੇ ਉਹ ਸੈੱਟ ਹੋ ਗਿਆ ਸੋ ਕੋਸ਼ਿਸ਼ ਇਹੀ ਕਰਿਓ ਵੀ ਤਾਂ ਹੀ ਵਾਰੀ ਵਾਰੀ ਕਹਿੰਨਾ ਤੇਰੇ ਕੋਲ ਪ੍ਰੋਫੈਸ਼ਨਲ ਕਾਰੀਗਰ ਹੋਣਾ ਬੜਾ ਜ਼ਰੂਰੀ ਹੈ ਪ੍ਰੋਫੈਸ਼ਨਲਸ ਨੂੰ ਹੀ ਪਤਾ ਹੈ ਵੀ ਕਿ ਐਨੀਮਲ ਦੇ ਪੈਰ ਤੇ ਕਿੱਥੋਂ ਕਿੰਨੀਆਂ ਪ੍ਰੋਬਲਮਾਂ ਆਉਣੀਆਂ ਸੋ ਅੱਜ ਤੁਹਾਨੂੰ ਛੋਟੀਆਂ-ਛੋਟੀਆਂ ਦੋ-ਤਿੰਨ ਚੀਜ਼ਾਂ ਪੈਰਾਂ ਦੀਆਂ ਦੱਸੀਆਂ ਹਰ ਦੋ ਮਹੀਨੇ ਬਾਅਦ ਬਣਾਓ ਟੂ ਸੈੱਟ ਰੱਖੋ ਐਂਗਲ ਠੀਕ ਰੱਖੋ ਪੈਰ ਦਾ ਲੈਮੀਨੇਟਸ ਜੇ ਤੁਹਾਨੂੰ ਲੱਗਦੀ ਹੈ ਉਹਦੇ ਬਾਰੇ ਦੱਸਤਾ ਹੋਰ ਵੀ ਕੋਈ ਜਾਣਕਾਰੀ ਤੁਸੀਂ ਮੇਰੇ ਤੋਂ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟਸ ਕਰ ਸਕਦੇ ਹੋ ਜਿੰਨਾ ਕੁ ਮੈਨੂੰ ਨੌਲੇਜ ਹੈ 16-17 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ ਜਿੰਨੀ ਕੁ ਮੈਂ ਨੌਲੇਜ ਗੈਦਰ ਕੀਤੀ ਹੈ ਉਨੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਜੇੜੀ ਕੋਈ ਡਾਕਟਰ ਦੀ ਸਲਾਹ ਲੈਣ ਵਾਲੀ ਹੈ ਉਹ ਪਲੀਜ਼ ਡਾਕਟਰ ਤੋਂ ਹੀ ਲਓ ਉਹਦੇ ਦੇ ਬਾਲੇ ਔੜ-ਪੋੜ ਵਾਲੇ ਚੱਕਰ ਚ ਨਾ ਪਿਓ ਪਰ ਜਿਹੜੀਆਂ ਬੇਸਿਕ ਚੀਜ਼ਾਂ ਜਿਹੜੀਆਂ ਕੀ ਆਪਣੀਆਂ ਬਹੁਤ ਸਸਤੀਆਂ ਤੇ ਬੜੀਆਂ ਜ਼ਰੂਰੀ ਇੰਪੋਰਟੈਂਟ ਚੀਜ਼ਾਂ ਮੈਂ ਸਾਰੀਆਂ ਕੋਸ਼ਿਸ਼ ਕਰਦਾ ਰਹੂੰਗਾ ਵੀ ਆਪਦੀਆਂ ਵੀਡੀਓਜ਼ ਤੁਹਾਨੂੰ ਦੱਸਦਾ ਰਾਵਾਂ ਤੁਹਾਡਾ ਖਰਚਾ ਵੀ ਬਚੇਗਾ ਤੇ ਤੁਸੀਂ ਆਪਦੇ ਐਨੀਮਲ ਦੀ ਕੇਅਰ ਵੀ ਬੈਟਰ ਕਰ ਸਕਦੇ ਹੋ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਮਿਲਦੀਆਂ ਰਹਿਣਗੀਆਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਐਪਰੀਸ਼ੀਏਸ਼ਨ ਤੁਹਾਡੀ ਮਿਲਦੀ ਰਹਿੰਦੀ ਹੈ ਉਹਦੇ ਨਾਲ ਹੌਸਲਾ ਵੱਧਦਾ ਹੈ ਹੋਰ ਤੁਹਾਨੂੰ ਵੀਡੀਓ ਤੁਹਾਡੇ ਅੱਗੇ ਲੈ ਕੇ ਆਉਂਦੇ ਰਹਿਣੇ ਆ ਅਸੀਂ ਸੋ ਦੋਸਤੋ ਬਹੁਤ ਬਹੁਤ ਇਸ ਵੀਡੀਓ ਤੇ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ